ਆਓ ਸਾਰੀਆਂ ਸੰਤਾਂ ਇਕਾਗਰਤਾ ਬਣਾਈਏ, ਚੌਕੜੀਆਂ ਮਾਰ ਕੇ ਬੈਠਣ ਦੀ ਕਿਰਪਾਲਤਾ ਕਰੀਏ, ਧਿਆਨ ਨੂੰ ਇਕਾਗਰ ਕਰੀਏ। ਜਿਹੜੀ ਬਾਹਲੀ ਭਟਕਣਾ ਹੈ ਮਨ ਵਿੱਚ, ਸਤਿਗੁਰ ਕੈ ਪਾਸ ਤਿਸ ਸੇਵਕੇ ਕਾਰਜ ਰਾਸ। ਸਰੀਰਕ ਤੌਰ ਦੇ ਉੱਤੇ ਆ ਜਾਣਾ ਕੋਈ ਵੱਡੀ ਗੱਲ ਨਹੀਂ ਹੈ, ਮੁਸ਼ਕਲ ਕਰ ਹੈ ਆਪਣੇ ਧਿਆਨ ਨੂੰ ਇਕਾਗਰ ਕਰਨਾ। ਸਤਿਗੁਰ ਜੀ ਕਹਿੰਦੇ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ, ਮਨ ਨੂੰ ਕਾਬੂ ਕਰਨਾ, ਬੰਦੇ ਦੇ ਅੰਦਰ ਬਹੁਤ ਸਾਰੇ ਖਿਆਲ ਬੈਠਾ ਕਿਤੇ ਹੈ, ਧਿਆਨ ਕਿਤੇ ਹੈ, ਸਭ ਤੋਂ ਤੇਜ਼ ਸਪੀਡ ਮਨ ਦੀ ਹੈ। ਅਤੇ ਗੁਰੂ ਰਵਿਦਾਸ ਜੀ ਮਹਾਰਾਜ ਸਤਿਗੁਰੂ ਜੀ ਨੇ ਯਾਦ ਕਰਾਇਆ, ਮਨ ਚੰਗਾ ਤੋ ਕਠੌਤੀ ਮੇ ਗੰਗਾ। ਸਤਿਗੁਰੂ ਜੀ ਕਹਿੰਦੇ ਅਗਰ ਮਨ ਪਵਿੱਤਰ ਹੈ, ਮਨ ਸਾਫ਼ ਹੈ, ਘਰ ਦੇ ਵਿੱਚ ਭਰਿਆ ਹੋਇਆ ਪਾਣੀ ਦਾ ਬਰਤਨ ਉਹ ਵੀ ਗੰਗਾ ਦੇ ਸਮਾਨ ਹੈ। ਅੱਜ ਸਭ ਤੋਂ ਵੱਡੀ ਬਿਮਾਰੀ ਦੁਨੀਆ ਦੇ ਉੱਤੇ ਸਟ੍ਰੈਸ ਹੈ, ਚਿੰਤਾ ਹੈ, ਘਬਰਾਹਟ ਹੈ। ਦੁਨੀਆ ਦਾ ਕੋਈ ਬੰਦਾ ਇਹੋ ਜਿਹਾ ਨਹੀਂ ਹੈ ਜਿਹਨੂੰ ਕੋਈ ਸਟ੍ਰੈਸ ਨਹੀਂ ਹੈ, ਚਿੰਤਾ ਨਹੀਂ ਹੈ, ਕਿਸੇ ਨੂੰ ਕਿਸੇ ਪ੍ਰਕਾਰ ਦੀ ਸਟ੍ਰੈਸ ਹੈ। ਅਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜਿਨ੍ਹਾਂ ਨੇ ਯਾਦ ਕਰਾਇਆ, ਨਾਮ ਤੇਰੋ ਆਰਤੀ ਬਜਨ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ। ਬੰਦੇ ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਕੰਮਾਂ ਵਿੱਚ ਤੂੰ ਲੱਗਾ ਹੋਇਆ ਕਿਤੇ ਕੰਮ ਆਉਣ ਵਾਲੇ ਨਹੀਂ ਹੈ, ਆਪਣੀ ਸੁਰਤ ਨੂੰ ਆਪਣੇ ਧਿਆਨ ਨੂੰ ਇਕਾਗਰ ਕਰ। ਸਤਿਗੁਰੂ ਜੀ ਕਹਿੰਦੇ ਉਹ ਪਰਮਾਤਮਾ ਜਿਸ ਨੂੰ ਦੁਨੀਆਂ ਦੇ ਲੋਕ ਬਾਹਰ ਮੰਦਰਾਂ ਮਸੀਤਾਂ ਗੁਰਦੁਆਰਿਆਂ ਵਿੱਚ ਲੱਭਦੇ ਫਿਰਦੇ ਹੈ, ਉਹ ਬਾਹਰ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਉਹ ਤੇਰੇ ਅੰਦਰ ਹੀ ਹੈ। ਅਤੇ ਮਿਲੇਗਾ ਕਿਹਨਾਂ ਨੂੰ? ਸਤਿਗੁਰੂ ਜੀ ਕਹਿੰਦੇ ਪ੍ਰਾਪਤ ਕਿਹਨਾਂ ਨੂੰ ਹੋਇਆ? ਕਾ ਮਥੁਰਾ ਕਾ ਦੁਆਰਕਾ ਕਾ ਕਾਸ਼ੀ ਹਰਿਦੁਆਰ, ਰਵਿਦਾਸ ਖੋਜਾ ਦਿਲ ਆਪਣਾ ਤੋਂ ਮਿਲਿਆ ਦਿਲਦਾਰ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਉਸ ਦੇ ਨਾਲ ਪ੍ਰੀਤ ਕੀਤੀ ਹੈ, ਜਿਨ੍ਹਾਂ ਨੇ ਉਹਦੇ ਨਾਲ ਪ੍ਰੇਮ ਕੀਤਾ ਹੈ, ਉੱਪਰੋਂ ਉੱਪਰੋਂ ਨਹੀਂ, ਦਿਖਾਵੇ ਦਾ ਨਹੀਂ। ਅਤੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੀ ਪ੍ਰਭੂ ਦੇ ਨਾਲ ਪ੍ਰੀਤ ਸੀ, ਜਿਨ੍ਹਾਂ ਦਾ ਪ੍ਰੇਮ ਆਪਣੇ ਸਤਿਗੁਰ ਦੇ ਚਰਨਾਂ ਦੇ ਨਾਲ ਸੱਚਾ ਹੈ, ਅਤੇ ਫਿਰ ਦੁਨੀਆਂ ਦੇ ਲੋਕਾਂ ਕੋਲੋਂ ਮੰਗਣ ਦੀ ਲੋੜ ਨਹੀਂ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਸਤਿਗੁਰੂ ਜੀ ਕਹਿੰਦੇ ਫਿਰ ਜੋ ਵੀ ਸ਼ਰਧਾ ਦੇ ਨਾਲ, ਜੋ ਵੀ ਭਾਵਨਾ ਦੇ ਨਾਲ ਗੁਰੂ ਦੇ ਕੋਲੋਂ ਮੰਗਦੇ ਹਾਂ, ਸਾਰੀਆਂ ਦਾਤਾਂ ਮਿਲਣ ਵਾਲੀ ਹੈ। ਅਤੇ ਆਓ ਗੁਰੂ ਪਿਆਰਿਓ, ਭਰੋਸਾ ਯਕੀਨ ਆਪਣੇ ਗੁਰੂ ਦੇ ਉੱਤੇ ਹੋਣਾ ਚਾਹੀਦਾ। ਉਸ ਰਹਿਬਰ ਦੇ ਚਰਨਾਂ ਦੇ ਵਿੱਚ ਬੈਠੇ ਹਾਂ, ਜੇ ਇਸ ਰਹਿਬਰ ਦੇ ਚਰਨਾਂ ਦੇ ਵਿੱਚ ਉਸ ਟਾਈਮ ਦੇ ਸਭ ਤੋਂ ਅਮੀਰ ਲੋਕ, ਵੱਡੇ ਧਨਾੜ, ਰਾਜੇ ਮਹਾਰਾਜੇ, ਉਹ ਉਹਨਾਂ ਦੇ ਚਰਨਾਂ ਦੇ ਵਿੱਚ ਮੰਗਣ ਵਾਸਤੇ ਭਿਖਾਰੀ ਬਣ ਕੇ, ਸੇਵਕ ਬਣ ਕੇ ਆ ਗਏ ਹੈ। ਅਤੇ ਆਓ ਅਸੀਂ ਅੱਜ ਉਸ ਰਹਿਬਰ ਦੀ ਔਲਾਦ ਹਾਂ, ਅੱਜ ਉਸ ਗੁਰੂ ਦੇ ਅਸੀਂ ਸੇਵਕ ਹੈ, ਜਿਨ੍ਹਾਂ ਨੂੰ ਸੰਤਾਂ ਦੇ ਵਿੱਚੋਂ ਸੰਤ ਸ਼੍ਰੋਮਣੀ ਅਤੇ ਅੱਜ ਵੱਡੇ ਵੱਡੇ ਵਿਦਵਾਨਾਂ ਨੇ ਗੁਰੂ ਰਵਿਦਾਸ ਮਹਾਰਾਜ ਦੀ ਤੁਲਨਾ ਧਰੁਵ ਤਾਰਾ ਦੇ ਨਾਲ ਕੀਤੀ ਹੈ। ਆਓ ਅਸੀਂ ਸਾਰੀਆਂ ਸੰਗਤਾਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਜੁੜ ਬੈਠੇ ਹਾਂ, ਅਤੇ ਆਓ ਸਾਰੀਆਂ ਸੰਗਤਾਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਬੈਠੀਏ। ਆਓ ਇੱਕ ਵਾਰ ਸਾਰੀਆਂ ਸੰਗਤਾਂ ਆਪਣੀ ਆਪਣੀ ਰਸਨਾ ਤੋਂ ਸਤਨਾਮ ਦਾ ਉਚਾਰਨ ਕਰੀਏ।
ਤੋ ਸਤਨਾਮ 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 ਜੀ ਸਤਨਾਮ 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 ਜੀ ਤੋ ਸਤਨਾਮ 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 ਜੀ ਸਤਨਾਮ 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 ਜੀ ਤੋ ਸਤਨਾਮ 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 ਜੀ ਸਤਨਾਮ 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 ਜੀ ਸਤਨਾਮ ਸਤਨਾਮ ਜੀ ਸਤਨਾਮ 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 ਜੀ ਹੋ ਸਤਨਾਮ ਬੋਲੀਏ ਕਦੇ ਵੀ ਨਾ ਡੋਲੀਏ ਸਤਨਾਮ ਬੋਲੀਏ ਸਤਨਾਮ ਬੋਲੀਏ ਕਦੇ ਵੀ ਨਾ ਡੋਲੀਏ ਸਤਨਾਮ ਬੋਲੀਏ ਕਦੇ ਵੀ ਨਾ ਡੋਲੀਏ ਹੋ ਸਤਨਾਮ ਕਹੀਏ ਸਦਾ ਸੁਖੀ ਰਹੀਏ ਸਤਨਾਮ ਕਹੀਏ ਸਤਨਾਮ ਜਪੋ ਸਤਨਾਮ 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 ਜੀ ਸਤਨਾਮ 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 ਜੀ ਜਪੋ ਸਤਨਾਮ 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 ਜੀ ਸਤਨਾਮ 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 ਜੀ ਜਪੋ 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 ਸਤਨਾਮ 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 ਜੀ ਹੋ ਸਤਨਾਮ ਬੋਲੀਏ ਕਦੇ ਵੀ ਨਾ ਡੋਲੀਏ ਸਤਨਾਮ ਬੋਲੀਏ ਸਤਨਾਮ ਕਹੀਏ ਸਦਾ ਸੁਖੀ ਰਹੀਏ ਸਤਨਾਮ ਕਹੀਏ ਸਦਾ ਸੁਖੀ ਰਹੀਏ ਸਤਨਾਮ ਜਪੋ ਸਤਨਾਮ ਜਪੋ ਸਤਨਾਮ 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 ਜੀ ਸਤਨਾਮ 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 ਜੀ ਸਤਨਾਮ 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 ਜੀ ਸਤਨਾਮ 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 ਜੀ ਜਪੋ ਸਤਨਾਮ 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 ਜੀ ਜਪੋ ਸਤਨਾਮ 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 ਜੀ ਜਪੋ ਸਤਨਾਮ 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 ਜੀ ਸਤਨਾਮ ਜਪ ਮਨ ਸਤਨਾਮ ਸਦਾ ਸਤਨਾਮ ਸਤਿਗੁਰੂ ਜੀ ਨੇ ਯਾਦ ਕਰਾਇਆ ਇਹ ਬੰਦੇ ਪਰਮਾਤਮਾ ਦਾ ਨਾਮ ਜਪ ਪਰਮਾਤਮਾ ਦੇ ਨਾਮ ਦੀ ਬੰਦਗੀ ਕਰੇ